ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪਰਮਿੰਦਰਜੀਤ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ। ਦੋਸਤੋ, ਜੋ ਅੱਜ ਦਾ ਸਾਡਾ ਵਿਸ਼ਾ ਹੈ ਉਹ ਸਾਡੇ ਮਨ ਦੇ ਨਾਲ ਹੈ ਜੁੜਿਆ ਹੋਇਆ ਹੈ, ਸਾਡੇ ਵਿਚਾਰਾਂ ਦੇ ਨਾਲ ਜੁੜਿਆ ਹੋਇਆ ਹੈ, ਸਾਡੀ ਸੋਚ ਦੇ ਨਾਲ ਜੁੜਿਆ ਹੋਇਆ ਹੈ। ਦੋਸਤੋ, ਅੱਜ ਦਾ ਜੋ ਨੌਜਵਾਨ ਹੈ, ਅੱਜ ਦੀ ਜੋ ਯੰਗ ਜਨਰੇਸ਼ਨ ਹੈ, ਉਹ ਆਪਣੇ ਆਪ ਪ੍ਰਤੀ ਹੀ ਜਾਗਰੂਕ ਨਹੀਂ ਹੋ ਸਕੀ, ਉਹਨਾਂ ਨੂੰ ਆਪਣੇ ਚੰਗੇ ਮਾੜੇ ਦੀ ਸਮਝ ਹੀ ਨਹੀਂ ਆ ਸਕੀ। ਸੋ ਐਸੀ ਜਨਰੇਸ਼ਨ ਨੂੰ ਸਮਝਣ ਦੇ ਲਈ, ਸਮਝਾਉਣ ਦੇ ਲਈ, ਆਪਣੇ ਥੋਟਸ ਨੂੰ, ਆਪਣੇ ਵਿਚਾਰਾਂ ਨੂੰ ਪ੍ਰਬਲ ਕਰਨਾ ਹੋਵੇਗਾ। ਦੋਸਤੋ, ਅੱਜ ਦੀ ਜੋ ਜਨਰੇਸ਼ਨ ਹੈ, ਜੋ ਅੱਜ ਦਾ ਯੂਥ ਹੈ, ਉਹ ਸਿਰਫ ਅਤੇ ਸਿਰਫ ਗਾਉਣ ਨੱਚਣ ਤੱਕ ਹੀ ਸੀਮਿਤ ਹੈ, ਗਾਉਣ ਵਜਾਉਣ ਤੱਕ ਹੀ ਸੀਮਿਤ ਹੈ। ਨਾ ਹੀ ਉਹਨਾਂ ਨੇ ਧਰਮ ਸ਼ਾਸਤਰਾਂ ਦਾ ਅਧਿਐਨ ਕੀਤਾ, ਨਾ ਹੀ ਜ਼ਿੰਦਗੀ ਦੇ ਨਾਲ ਸੰਬੰਧਿਤ, ਆਪਣੇ ਵਿਚਾਰਾਂ ਦੇ ਨਾਲ ਸੰਬੰਧਿਤ ਘਟਨਾਵਾਂ ਦਾ ਅਧਿਐਨ ਕੀਤਾ। ਉਹ ਜੋ ਸਾਹਮਣੇ ਵੇਖਦੇ ਹਨ ਉਸ ਨੂੰ ਹੀ ਮੰਨਦੇ ਹਨ। ਇਹ ਅੱਜ ਦੀ ਜਨਰੇਸ਼ਨ ਦੀ ਕਮੀ ਹੈ, ਜਿਸ ਦੀ ਵਜ੍ਹਾ ਕਰਕੇ ਅੱਜ ਦੀ ਜੋ ਜਨਰੇਸ਼ਨ ਹੈ ਉਹ ਬਹੁਤ ਜ਼ਿਆਦਾ ਨੈਗੇਟਿਵ ਹੋ ਚੁੱਕੀ ਹੈ, ਡਰ ਦੇ ਵਿੱਚ ਰਹਿੰਦੀ ਹੈ, ਗੁੱਸੇ ਦੇ ਵਿੱਚ ਰਹਿੰਦੀ ਹੈ, ਹੰਕਾਰ ਦੇ ਵਿੱਚ ਰਹਿੰਦੀ ਹੈ। ਸੋ ਇਸ ਦਾ ਮੁੱਖ ਕਾਰਨ ਇਹ ਹੈ ਕਿ ਸਾਡੀ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ, ਉਸਨੇ ਆਪਣੇ ਮਨ ਦੇ ਪ੍ਰਤੀ ਆਪਣੇ ਆਪ ਨੂੰ ਉਜਾਗਰ ਨਹੀਂ ਕੀਤਾ, ਆਪਣੇ ਸੋਚ ਦੇ ਪ੍ਰਤੀ ਆਪਣੇ ਆਪ ਨੂੰ ਅਵੇਅਰ ਨਹੀਂ ਕੀਤਾ, ਨਾ ਹੀ ਉਹਨਾਂ ਨੇ ਧਰਮ ਗ੍ਰੰਥਾਂ ਦੇ ਉੱਤੇ ਕੋਈ ਅਧਿਐਨ ਕੀਤਾ, ਨਾ ਹੀ ਉਹਨਾਂ ਨੇ ਧਰਮ ਇਤਿਹਾਸ ਨੂੰ ਪੜ੍ਹਿਆ, ਅਤੇ ਨਾ ਹੀ ਉਹਨਾਂ ਨੇ ਧਰਮ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਉਹਨਾਂ ਦੇ ਲਈ ਸਿਰਫ ਧਰਮ ਇੱਕ ਪਖੰਡ ਹੈ, ਇਸ ਤੋਂ ਵੱਧ ਉਹ ਕੁਝ ਵੀ ਨਹੀਂ ਜਾਣਦੇ। ਸੋ ਮੁੱਖ ਜੋ ਕਾਰਨ ਹੈ ਉਹਨਾਂ ਦੇ ਵਿੱਚ ਵਿਚਾਰਾਂ ਦੀ ਘਾਟ ਹੋਣਾ, ਚੰਗੇ ਵਿਚਾਰਾਂ ਦੀ ਘਾਟ ਹੋਣਾ। ਅਸੀਂ ਦੇਖਿਆ ਹੈ ਕਿ ਅੱਜ ਦਾ ਜੋ ਨੌਜਵਾਨ ਹੈ, ਜੋ ਅੱਜ ਦੀ ਜੋ ਯੰਗ ਜਨਰੇਸ਼ਨ ਹੈ, ਉਹ ਸਿਰਫ ਅਤੇ ਸਿਰਫ ਅਸ਼ਲੀਲਤਾ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ। ਹੰਕਾਰੀ ਗੀਤ, ਹੰਕਾਰੀ ਤਰ੍ਹਾਂ ਦੇ ਜੋ ਵਿਅੰਗ ਨੇ ਉਹਨਾਂ ਨੂੰ ਉਹ ਪਸੰਦ ਕਰਦੇ ਹਨ। ਉਹਨਾਂ ਦੇ ਲਈ ਹਰ ਕੋਈ ਇਨਸਾਨ ਇਸ ਸੰਸਾਰ ਦੇ ਵਿੱਚ ਇੱਕ ਹਿਸਾਬ ਦਾ, ਇੱਕ ਤਰ੍ਹਾਂ ਦਾ ਦੁਸ਼ਮਣ ਹੈ। ਉਹਨਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦੇ ਵਿਚਾਰਾਂ ਨੂੰ ਭਰ ਦਿੱਤਾ ਗਿਆ ਹੈ ਕਿ ਜੋ ਉਹਨਾਂ ਲਈ ਹਰ ਇਨਸਾਨ ਇੱਕ ਧੋਖਾ ਹੈ। ਅਸੀਂ ਸੋਸ਼ਲ ਮੀਡੀਆ ਉੱਤੇ ਦੇਖਦੇ ਹਾਂ ਕਿ ਹਰ ਰੋਜ਼ ਇਹੀ ਪੋਸਟਾਂ ਦੇਖਦੇ ਹਾਂ ਕਿ ਇਨਸਾਨ ਨਾਲੋਂ ਜਾਨਵਰ ਇਮਾਨਦਾਰ ਹਨ। ਨਹੀਂ, ਅਸੀਂ ਜ਼ਿੰਦਗੀ ਦੇ ਵਿੱਚ ਜਦੋਂ ਵਿਚਰਦੇ ਹਾਂ ਤਾਂ ਸਾਡੇ ਸਮੱਸਿਆਵਾਂ ਦਾ ਜੋ ਹੱਲ ਮਿਲਦਾ ਹੈ ਉਹ ਇਨਸਾਨਾਂ ਤੋਂ ਹੀ ਮਿਲਦਾ ਹੈ, ਨਾ ਕਿ ਜਾਨਵਰਾਂ ਤੋਂ। ਜਿਹੜੇ ਲੋਕ ਕਹਿੰਦੇ ਹਨ ਇਨਸਾਨਾਂ ਨਾਲੋਂ ਵੱਧ ਜਾਨਵਰ ਇਮਾਨਦਾਰ ਹਨ, ਤਾਂ ਜਾਨਵਰਾਂ ਤੋਂ ਕੰਮ ਲੈ ਲਿਆ ਕਰਨ। ਹਰ ਇੱਕ ਇਨਸਾਨ ਚੰਗਾ ਨਹੀਂ ਅਤੇ ਹਰ ਇੱਕ ਇਨਸਾਨ ਮਾੜਾ ਵੀ ਨਹੀਂ। ਸਿਆਣੇ ਕਹਿੰਦੇ ਹਨ ਕਿ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ। ਅਸੀਂ ਕਿਤੇ ਇੱਕ ਇਨਸਾਨ ਦੀ ਗਲਤੀ ਦੀ ਵਜ੍ਹਾ ਦੇ ਕਰਕੇ ਅਸੀਂ ਪੂਰੇ ਇਨਸਾਨਾਂ ਨੂੰ, ਪੂਰੀ ਮਨੁੱਖ ਜਾਤੀ ਨੂੰ ਦੋਸ਼ੀ ਠਹਿਰਾਉਣਾ ਇਹ ਸਹੀ ਨਹੀਂ ਹੈ। ਜੋ ਸਾਡਾ ਅੱਜ ਦੀ ਯੰਗ ਜਨਰੇਸ਼ਨ ਹੈ, ਇਸਦੇ ਵਿਚਾਰਾਂ ਦੇ ਵਿੱਚ ਬਹੁਤ ਜ਼ਿਆਦਾ ਈਗੋ ਹੈ, ਹੰਕਾਰ ਹੈ, ਗਾਲੀ ਗਲੋਚ ਤੱਕ ਜਾਣਾ ਇਹਨਾਂ ਦੇ ਲਈ ਆਮ ਜੀ ਗੱਲ ਹੈ। ਧਿਆਨ ਸਮਾਧੀ ਤੋਂ ਇਹ ਕੋਹਾਂ ਦੂਰ ਹਨ, ਧਾਰਮਿਕ ਗ੍ਰੰਥਾਂ ਤੋਂ ਇਹ ਕੋਹਾਂ ਦੂਰ ਹਨ। ਸੋ ਇਸੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਵੇਖਦੇ ਹੋ ਕਿ ਐਸੀ ਜਨਰੇਸ਼ਨ ਜੋ ਅੱਜ ਦੇ ਸਮੇਂ ਦੇ ਵਿੱਚ ਹੈ ਉਹ ਕਿਸੇ ਵੀ ਗੱਲ ਨੂੰ ਝੱਲ ਨਹੀਂ ਪਾਉਂਦੇ,
ਉਹ ਕਿਸੇ ਗੱਲ ਨੂੰ ਸਮਝਣ ਦੇ ਸਮਰੱਥ ਨਹੀਂ ਹਨ। ਬਹੁਤ ਹੀ ਜਲਦੀ ਉਹ ਹਾਈਪਰ ਹੋ ਜਾਂਦੇ ਹਨ, ਬਹੁਤ ਹੀ ਜਲਦੀ ਉਹ ਆਪੇ ਤੋਂ ਬਾਹਰ ਹੋ ਜਾਂਦੇ ਹਨ, ਜਿਸ ਦੀ ਵਜ੍ਹਾ ਦੇ ਕਰਕੇ ਸਾਡੇ ਸਮਾਜ ਦਾ ਜੋ ਸੰਤੁਲਨ ਹੈ ਉਹ ਵਿਗੜ ਚੁੱਕਿਆ ਹੈ, ਕ੍ਰਾਈਮ ਰੇਟ ਵੱਧ ਚੁੱਕੀ ਹੈ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਸਾਡੇ ਨੌਜਵਾਨਾਂ ਦੇ ਵਿੱਚ ਸਹਿਣ ਸ਼ਕਤੀ ਬਹੁਤ ਘੱਟ ਗਈ ਹੈ, ਸੰਤੁਲਿਤ ਜੀਵਨ ਉਹਨਾਂ ਦਾ ਨਹੀਂ ਰਿਹਾ ਹੈ, ਜਿਸ ਦੀ ਵਜ੍ਹਾ ਕਰਕੇ ਉਹਨਾਂ ਨੇ ਮਾਨਸਿਕ ਸੰਤੁਲਨ ਨੂੰ ਆਪਦੇ ਕਾਬੂ ਵਿੱਚ ਨਹੀਂ ਰੱਖਿਆ, ਮਾਨਸਿਕ ਸੰਤੁਲਨ ਬਣਾ ਕੇ ਨਹੀਂ ਰੱਖਿਆ, ਜਿਸ ਦੀ ਵਜ੍ਹਾ ਕਰਕੇ ਉਹ ਦੁੱਖ, ਚਿੰਤਾ, ਰੋਗ, ਬਿਮਾਰੀ ਦੇ ਨਾਲ ਗ੍ਰਸਤ ਹਨ, ਹੰਕਾਰ ਦੇ ਨਾਲ ਗ੍ਰਸਤ ਹਨ, ਈਗੋ ਦੇ ਨਾਲ ਗ੍ਰਸਤ ਹਨ, ਇੱਕ ਦੂਜੇ ਦੇ ਨਾਲ ਉਹ ਖੁਸ਼ ਨਹੀਂ ਰਹਿਣਾ ਚਾਹੁੰਦੇ, ਉਹ ਇੱਕ ਨਵੀਂ ਆਪਸ਼ਨ ਭਾਲਦੇ ਹਨ ਜੋ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਹੋਰ ਦੁਨੀਆ 'ਚ ਲੈ ਜਾਵੇ। ਪਰ ਉਹ ਇੱਕ ਕਲਪਨਾ ਦੀ ਦੁਨੀਆ 'ਚ ਜਿਉਂਦਾ ਹੋਣ ਕਰਕੇ ਮਾਨਸਿਕ ਰੋਗਾਂ ਦੇ ਸ਼ਿਕਾਰ ਹੋ ਗਏ ਹਨ। ਅਸੀਂ ਉਹਨਾਂ ਨੂੰ ਦੋਸ਼ ਨਹੀਂ ਦੇ ਸਕਦੇ ਕਿਉਂਕਿ ਉਹ ਧਰਮ ਤੋਂ ਦੂਰ ਹੋਏ ਹਨ, ਧਰਮ ਗ੍ਰੰਥ, ਧਰਮ ਇਤਿਹਾਸ ਤੋਂ ਦੂਰ ਹੋਏ ਹਨ, ਜਿਸ ਦੀ ਵਜ੍ਹਾ ਕਰਕੇ ਅੱਜ ਦੀ ਜਨਰੇਸ਼ਨ ਦੇ ਵਿੱਚ ਈਗੋ, ਮੈਂ, ਹੰਕਾਰ ਵੱਧ ਗਿਆ ਹੈ, ਨਫ਼ਰਤ ਵੱਧ ਗਈ ਹੈ। ਸੋ ਇਹ ਸੋਚਣ ਦਾ ਵਿਸ਼ਾ ਹੈ, ਸਮਝਣ ਦਾ ਵਿਸ਼ਾ ਹੈ। ਸੋ ਅੱਜ ਦੇ ਲਈ ਇੰਨਾ ਹੀ, ਮੈਨੂੰ ਆਸ ਹੈ ਤੁਹਾਨੂੰ ਅੱਜ ਦਾ ਸਾਡਾ ਵਿਸ਼ਾ ਪਸੰਦ ਆਇਆ ਹੋਵੇਗਾ, ਆਪਣੇ ਵਿਚਾਰ ਜ਼ਰੂਰ ਦਿਓ ਕਿ ਇਹ ਸੱਚ ਹੈ ਕਿ ਇਹ ਝੂਠ ਹੈ। ਧੰਨਵਾਦ।